ਦੇਖੋ ਮਸਲਾ ਚਰਨਜੀਤ ਸਿੰਘ ਚੰਨੀ ਦਾ ਨਹੀਂ ਹੈਗਾ, ਕਾਂਗਰਸ ਦਾ ਹੈਗਾ। ਉਹਨਾਂ ਦੀ ਪਾਰਟੀ ਕਾਂਗਰਸ ਆ, ਉਹ ਕਾਂਗਰਸ ਮੋਹਰੇ ਰੱਖ ਕੇ ਕਿਉਂ ਨਹੀਂ ਲੜ ਰਹੇ? ਕਿਉਂਕਿ ਉਹਨਾਂ ਨੂੰ ਪਤਾ ਕਿ ਜਦੋਂ 17 ਤੋਂ 22 ਈਵਨ ਪੂਰਾ ਇਤਿਹਾਸ ਦੇਖ ਲਓ, 47 ਤੋਂ 14 ਦੇਖ ਲਓ, ਲਗਾਤਾਰ ਬਦਲ ਬਦਲ ਕੇ ਕਾਂਗਰਸ ਨੂੰ ਮੌਕਾ ਮਿਲਿਆ। 17 ਤੋਂ 22 ਦੇਖ ਲਓ, ਜਿੰਨੇ ਮੈਨੀਫੈਸਟੋ 'ਚ ਉਹਨੇ ਵਾਅਦੇ ਕੀਤੇ ਸੀ, ਘਰ ਘਰ ਨੌਕਰੀ ਸਾਰਿਆਂ ਨੂੰ, ਘਰ ਨਸ਼ਾ ਮੁਕਤੀ 4 ਹਫ਼ਤਿਆਂ 'ਚ, ਕੁਛ ਵੀ ਨਹੀਂ ਕੀਤਾ। ਬਹੁਤ ਵਧੀਆ ਜੀ, ਬਹੁਤ ਵਧੀਆ, ਕਿਉਂਕਿ ਇੱਕ ਲੋਕਤੰਤਰ ਆ, ਲੋਕਤੰਤਰ ਦਾ ਆਪਾਂ ਮਹਾਂਪਰਵ ਕਹਿੰਦੇ ਹਾਂ, ਔਰ 5 ਸਾਲ ਬਾਅਦ ਇੱਕ ਮੌਕਾ ਮਿਲਦਾ, ਅਸੀਂ ਲੋਕਾਂ ਮੂਹਰੇ ਪੇਸ਼ ਹੁੰਦੇ, ਲੋਕਾਂ ਮੂਹਰੇ ਆਪਣੇ ਵਿਚਾਰ ਰੱਖਦੇ ਹਾਂ, ਔਰ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਜਿਹੜਾ ਲੋਕਤੰਤਰ ਦਾ ਇਹ ਪ੍ਰੋਸੈਸ ਆ, ਇਹ ਸਾਨੂੰ ਮੋੜ ਜਿਹੜਾ ਪ੍ਰਬੰਧ ਆ ਉਹਦੇ ਵਿੱਚ ਇੱਕ ਨੁਮਾਇੰਦਗੀ ਕਰਨ ਲਈ ਸਾਨੂੰ ਇੱਕ ਮੌਕਾ ਦਿੰਦਾ, ਇਸ ਕਰਕੇ ਸਾਡੇ ਮਨ 'ਚ ਬੜਾ ਚਾਅ ਰਹਿੰਦਾ ਹੈ। ਕੰਪੀਟੀਸ਼ਨ ਕਿੱਦਾਂ ਦੇਖਦੇ ਪਏ? ਦੇਖੋ ਮੇਰਾ, ਮੈਂ ਤਾਂ ਆਪਣੇ ਨਾਲ ਕੰਸਰਨ ਜਿਹੜੀ ਸਾਡੀ ਐਜ਼ ਏ ਕੈਂਡੀਡੇਟ ਮੈਂ ਆਪਣੀ ਗੱਲ ਰੱਖ ਸਕਦਾ ਹਾਂ। ਦੇਖੋ 2019 'ਚ ਕਰੀਬ 2 ਲੱਖ ਵੋਟ ਪਈ ਸੀਗੀ, ਪਿਛਲੀ ਵਾਰੀ ਬਾਈ ਇਲੈਕਸ਼ਨ 'ਚ ਤੁਸੀਂ ਇਕੱਠੇ ਸੀਗੇ, ਤੇ ਹੁਣ ਕਿੱਦਾਂ ਦੇਖਦੇ ਪਏ ਤੁਸੀਂ ਕੰਪੀਟੀਸ਼ਨ? ਦੇਖੋ ਜਿਹੜਾ 2019 ਦੇ ਵਿੱਚ ਹੈ ਨਾ, ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਲਗਾ ਸਾਰੇ ਵਰਗਾਂ ਦੇ, ਆਪਾਂ ਕਿਸੇ ਸਪੈਸਿਫਿਕ ਬਾਰੇ, ਸਾਰੇ ਵਰਗਾਂ ਦੇ ਲੋਕ ਬਦਲ ਲੱਭਦੇ ਆ, ਤੀਜਾ ਬਦਲ, ਮਤਲਬ ਇੱਕ ਬਦਲ ਨਾ ਚੰਗਾ ਚਾਹੀਦਾ। ਤੇ ਜਦੋਂ 19 ਦੇ ਇਲੈਕਸ਼ਨ ਹੋਈ ਸੀ ਤਾਂ ਕਾਂਗਰਸ ਸੀਗਾ, ਅਕਾਲੀ BSP ਗੱਠਜੋੜ ਸੀ, ਤੇ ਆਪ ਵੀ ਲੜੀ ਸੀਗੀ ਤੇ ਅਸੀਂ ਵੀ ਲੜੇ ਸੀ, ਆਪ ਨੂੰ ਉਦੋਂ 25,000 ਵੋਟ ਪਈ ਸੀ। ਤਾਂ 19 ਵਿੱਚ ਵੀ ਲੋਕਾਂ ਨੇ ਸਾਨੂੰ ਬਦਲ ਦੇ ਰੂਪ ਵਿੱਚ, ਸਾਡੇ ਜਲੰਧਰ ਦੇ ਲੋਕਾਂ ਨੇ ਸਾਨੂੰ ਦੇਖਿਆ ਸੀ, ਤੇ 22 ਵਿੱਚ ਉਹਨਾਂ ਨੇ ਆਪ ਤੇ ਟਰੱਸਟ ਕੀਤਾ। ਪਰ 2 ਸਾਲਾਂ ਵਿੱਚ ਉਹਨਾਂ ਨੂੰ ਲੱਗਾ ਵੀ ਉਹ ਰਵਾਇਤੀ ਪਾਰਟੀਆਂ ਦੇ ਖਿਲਾਫ਼ ਆਏ ਸੀ, ਪਰ ਰਵਾਇਤੀ ਪਾਰਟੀਆਂ ਨਾਲੋਂ ਜਿਹੜਾ ਜ਼ਿਆਦਾ ਉਹ ਸਾਧਨਾਂ ਦਾ ਵੀ ਮਿਸ ਯੂਜ਼ ਕਰ ਗਏ ਤੇ ਪਾਵਰ ਦਾ ਵੀ ਮਿਸ ਯੂਜ਼ ਕਰ ਗਏ। ਇਸ ਕਰਕੇ ਜਿੱਦਾਂ ਦਾ ਸਾਨੂੰ ਪੂਰੇ ਸਾਰੇ ਵਰਗਾਂ 'ਚੋਂ ਮਿਲ ਰਿਹਾ ਹੁੰਗਾਰਾ, ਸਾਨੂੰ ਲੱਗਦਾ ਵੀ ਲੋਕੀ ਸਾਨੂੰ ਵੱਡੇ ਬਦਲ ਦੇ ਰੂਪ ਵਿੱਚ ਸਾਨੂੰ ਦੇਖ ਰਹੇ। ਸਿਚੁਏਸ਼ਨ ਕਿੱਦਾਂ ਦੇਖ ਰਹੇ ਸਰ, ਤੁਹਾਡੀ ਕਿੱਦਾਂ ਜੀ? ਮੈਂ ਉਹੀ ਕਹਿ ਰਿਹਾ ਵੀ ਬਹੁਤ ਵਧੀਆ ਹੁੰਗਾਰਾ ਆ, ਲੋਕੀ ਸਾਡੇ 'ਤੇ ਟਰੱਸਟ ਕਰ ਰਹੇ ਆ, ਕਿਉਂਕਿ ਜਿਸ ਤਰ੍ਹਾਂ ਜਲੰਧਰ ਵਿੱਚ ਇੱਕ ਦਲ ਬਦਲੂਆਂ ਦਾ ਮੁੱਦਾ ਚੱਲਦਾ, ਇੱਕ ਜ਼ਿਲ੍ਹਾ ਬਦਲੂ ਦਾ ਵੀ ਮੁੱਦਾ ਹੈਗਾ ਵੀ ਬੰਦੇ ਇੱਕ ਜਗ੍ਹਾ ਤੋਂ ਫੇਲ ਹੋ ਗਏ, ਆਪਣੇ ਜ਼ਿਲ੍ਹੇ 'ਚੋਂ ਫੇਲ ਹੋ ਗਏ, ਆਪਣੇ ਹਲਕੇ 'ਚ ਉਹਨਾਂ ਨੂੰ ਨਕਾਰ ਦਿੱਤਾ, ਤੇ ਇੱਥੇ ਉਹ ਐਕਸੈਪਟੈਂਸ ਕਰਨਾ ਚਾਹੁੰਦੇ ਆ, ਪਰ ਉਹ ਵੀ ਲੋਕ ਸਮਝ ਰਹੇ ਆ ਵੀ ਵੀ ਇਹ ਜੇ ਉੱਥੇ ਨਹੀਂ ਕਾਮਯਾਬ ਹੋ ਸਕੇ, ਉੱਥੇ ਦੇ ਲੋਕਾਂ ਲਈ ਨਹੀਂ ਕੁਝ ਕਰ ਸਕੇ, ਤਾਂ ਫਿਰ ਸਾਡੇ ਲਈ ਕੀ ਕਰਨਗੇ? ਤੇ ਇਸ ਕਰਕੇ ਜਲੰਧਰ ਸਾਡਾ ਸ਼ਹਿਰ ਹੈ, ਅਸੀਂ ਇੱਥੇ ਜੰਮੇ ਪਲੇ ਆ, ਸਾਡੀ ਬਹੁਤ ਪੁਰਾਣੀ ਸਾਂਝ ਆ, ਤੇ ਲੋਕੀ ਸਾਨੂੰ ਬਹੁਤ ਇੱਕ ਪਰਿਵਾਰ ਦੀ ਤਰ੍ਹਾਂ ਭਰਵਾ ਹੁੰਦਾ ਰਹੇ। ਚੰਨੀ ਸਾਹਿਬ ਕਿਸੇ ਨੂੰ ਕੰਪੀਟੀਸ਼ਨ ਦੇਖ ਰਹੇ, ਕਹਿੰਦੇ ਮੇਰਾ ਜਲੰਧਰ 'ਚ ਕੋਈ ਕੰਪੀਟੀਸ਼ਨ ਨਹੀਂ ਹੈਗਾ। ਦੇਖੋ ਮਸਲਾ ਚਰਨਜੀਤ ਸਿੰਘ ਚੰਨੀ ਦਾ ਨਹੀਂ ਹੈਗਾ, ਕਾਂਗਰਸ ਦਾ ਹੈਗਾ। ਉਹਨਾਂ ਦੀ ਪਾਰਟੀ ਕਾਂਗਰਸ ਆ, ਉਹ ਕਾਂਗਰਸ ਮੋਹਰੇ ਰੱਖ ਕੇ ਕਿਉਂ ਨਹੀਂ ਲੜ ਰਹੇ? ਪਹਿਲੀ ਗੱਲ ਹੈ, ਉਹ ਕਾਂਗਰਸ ਪਾਰਟੀ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਕਰ ਰੱਖਿਆ? ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ 17 ਤੋਂ 22 ਈਵਨ ਪੂਰਾ ਇਤਿਹਾਸ ਦੇਖ ਲਓ, 47 ਤੋਂ 14 ਦੇਖ ਲਓ, ਲਗਾਤਾਰ ਬਦਲ ਬਦਲ ਕੇ ਕਾਂਗਰਸ ਨੂੰ ਮੌਕਾ ਮਿਲਿਆ। 17 ਤੋਂ 22 ਦੇਖ ਲਓ, ਜਿੰਨੇ ਮੈਨੀਫੈਸਟੋ 'ਚ ਉਹਨੇ ਵਾਅਦੇ ਕੀਤੇ ਸੀ, ਘਰ ਘਰ ਨੌਕਰੀ ਸਾਰਿਆਂ ਨੂੰ, ਘਰ ਨਸ਼ਾ ਮੁਕਤੀ 4 ਹਫ਼ਤਿਆਂ 'ਚ, ਕੁਛ ਵੀ ਨਹੀਂ ਕੀਤਾ। ਇਸ ਕਰਕੇ ਜਦੋਂ ਆਪਾਂ ਨੀਤੀਆਂ ਤੇ ਜਾਵਾਂਗੇ ਤੇ ਉਦੋਂ ਜਿੰਨਾ ਜਿੰਨਾ ਲੋਕਾਂ ਨੂੰ ਨੀਤੀਆਂ ਪਤਾ ਲੱਗ ਰਹੀਆਂ, ਔਰ ਤੁਸੀਂ ਦੇਖੋ ਜਿਹੜਾ RTA ਹੈ, ਰਾਈਟ ਟੂ ਐਜੂਕੇਸ਼ਨ ਐਕਟ ਆ, ਇਹ 17 ਦੇ ਵਿੱਚ ਐਕਟ, ਮਤਲਬ ਪ੍ਰੋਮਿਸ ਤੇ ਆਏ ਸੀ ਵੀ ਜਦੋਂ ਸਾਡੀ ਸਰਕਾਰ ਬਣੂਗੀ ਤੇ ਸਾਰੇ ਵਰਗਾਂ ਦੇ ਵਿੱਚੋਂ ਜਿਹੜੇ ਗਰੀਬ ਆ ਅਸੀਂ ਉਹਨਾਂ ਨੂੰ ਪ੍ਰਾਈਵੇਟ ਦੇ ਵਿੱਚ 25% ਦਾਖਲਾ ਦਵਾਵਾਂਗੇ, ਇੱਕ ਵੀ ਬੱਚੇ ਦਾ ਦਾਖਲਾ ਨਹੀਂ ਹੋਇਆ। ਇਸ ਕਰਕੇ ਨੀਤੀਆਂ ਦੇ ਤੌਰ ਤੇ ਫੇਲ ਆ, ਜਿੱਦਾਂ ਜਿੱਦਾਂ ਲੋਕ ਅਵੇਅਰ ਹੋਣਗੇ ਤੇ ਇਹਨਾਂ ਨੂੰ ਰੱਦ ਕਰਨ। ਮੈਂ ਉਹੀ ਕਹਿ ਰਿਹਾ ਵੀ 5 ਚੋਂ 1 ਅਸੀਂ ਆ, ਬਾਕੀ 4 ਇਹ ਆ ਜਿਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਵੋਟ ਲਈ ਤੇ ਸੱਤਾ ਹਾਸਲ ਕੀਤੀ। ਲੋਕਾਂ ਨੇ ਉਹਨਾਂ ਨੂੰ ਟਰੱਸਟ ਦਿੱਤਾ ਵੀ ਤੁਸੀਂ ਸਾਡੇ ਵੱਲੋਂ ਸਾਧਨ ਤੇ ਪਾਵਰ ਦੀ ਵਰਤੋਂ ਕਰੋ, ਪਰ ਉਹ ਸਾਧਨ ਵੀ ਆਪਣੇ ਲਈ ਮਿਸਯੂਜ਼ ਕਰ ਗਏ ਤੇ ਪਾਵਰ ਵੀ ਲੋਕਾਂ ਦੇ ਖਿਲਾਫ ਵਰਤੋਂ ਕਰ ਗਏ।
ਇਸ ਕਰਕੇ ਜੇ ਲੋਕ ਸਮਝਦੇ ਲੋਕ ਇਹ ਕੰਸੀਡਰ ਕਰ ਰਹੇ ਆ ਤੇ ਪੰਜ ਕੋਣੀ ਨਹੀਂ ਰਹਿਣਾ, ਸਿਰਫ ਇੱਕ ਕੋਣੀ ਰਹਿਣਾ। ਬਲਵਿੰਦਰ ਜੀ ਉਹ ਕੰਮ ਨੂੰ ਲੈ ਕੇ ਮੈਂ ਪਬਲਿਕ ਜਾ ਰਿਹਾ, ਜਦਕਿ ਰਿੰਕੂ ਜੀ ਕਹਿ ਰਹੇ ਨੇ ਸੈਂਟਰ ਗਵਰਨਮੈਂਟ ਜਿਹੜੀ ਹੈ ਮੋਦੀ ਜਿਹੜੇ ਹੈਗੇ ਨੇ ਉਹ ਆਪਾਂ ਸੈਂਟਰ ਗਵਰਨਮੈਂਟ ਨੂੰ ਲੈ ਕੇ ਨਾਲ ਕੰਮ ਕਰਾਵਾਂਗੇ, ਜਦਕਿ ਜਿਹੜੇ ਟੀਨੂ ਜੀ ਕਹਿ ਰਹੇ ਨੇ ਸਟੇਟ ਸਾਡੀ ਗਵਰਨਮੈਂਟ ਹੈ, ਅਸੀਂ ਆਪਣੀ ਸਟੇਟ ਗਵਰਨਮੈਂਟ ਦਾ ਅਸੀਂ ਜਿਹੜਾ ਲਾਹਾ ਲਵਾਂਗੇ, ਤੁਸੀਂ ਇਹਨੂੰ ਕਿਸ ਤਰ੍ਹਾਂ ਲੈਂਦੇ? ਦੇਖੋ ਮੈਂ ਤੇ ਕਹਿ ਰਿਹਾ ਵੀ ਇਹ ਜਲੰਧਰ ਦੇ ਜਿਹੜਾ ਇਲੈਕਸ਼ਨ ਹੈ ਲੋਕਾਂ ਨੂੰ ਇੰਪਾਵਰ ਕਰਦਾ ਮੁੜ, ਵੀ ਲੋਕ ਆਪ ਦੇ 2.5 ਸਾਲ ਬਾਅਦ ਮੁੜ ਇੰਪਾਵਰ ਹੋਏ ਆ, ਕਿਉਂਕਿ 2.5 ਸਾਲ ਤਾਂ ਉਹਨਾਂ ਨੇ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ। ਪੰਜਾਬ ਦੇ ਲੋਕਾਂ ਤੇ 50,000 ਕਰੋੜ ਤੋਂ ਵੱਧ, ਹੁਣ ਲੇਟੈਸਟ ਕੋਈ ਫਿਕਰ ਮੈਨੂੰ ਦੱਸ ਰਿਹਾ ਵੀ 80,000 ਕਰੋੜ ਤੋਂ ਵੱਧ ਜਿਹੜਾ ਕਰਜ਼ਾ ਹੋ ਗਿਆ, ਤੇ ਜਿਨ੍ਹਾਂ ਨੇ 2.5 ਸਾਲ ਵਿੱਚ ਹੀ ਸਾਨੂੰ 80,000 ਕਰੋੜ ਦਾ ਕਰਜ਼ਾਈ ਬਣਾਤਾ, ਤੇ ਉਸ ਪੈਸੇ ਦੀ ਪੂਰੇ ਦੇਸ਼ ਦੇ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋਂ ਕੀਤੀ ਹੋਵੇ, ਤੇ ਮੁੜ ਲੋਕ ਕਿੱਦਾਂ ਉਹਨਾਂ ਨੂੰ ਵਿਸ਼ਵਾਸ ਦੇਣਗੇ? ਫਿਰ ਜਲੰਧਰ ਤੁਸੀਂ ਦੇਖੋ ਸਾਰੇ ਮੀਡੀਆ ਤੇ ਕਿ ਜਿਹੜਾ ਇੱਕ ਲੋਕਾਂ ਦੀ ਅਸਹਿਮਤੀ ਪ੍ਰਗਟ ਕਰਨ ਦਾ ਇੱਕ ਲੋਕਾਂ ਦਾ ਮੌਲਿਕ ਹੱਕ ਆ, ਜਿਹੜਾ ਲੋਕ ਕੁਐਸਚਨ ਕਰ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪਾਵਰ ਦਿੱਤੀ। ਪਰ ਆਪ ਦੀ ਸਰਕਾਰ ਦੇ ਵਿੱਚ ਹਰ ਜਿਹੜਾ ਬੰਦਾ, ਚਾਹੇ ਮੀਡੀਆ ਪਰਸਨ ਆ, ਚਾਹੇ ਮੀਡੀਆ ਅਦਾਰਾ ਆ, ਚਾਹੇ ਵਿਰੋਧੀ ਧਿਰ ਦਾ ਆਗੂ ਆ, ਚਾਹੇ ਕੋਈ ਆਰਟੀ ਐਕਟਿਵਿਸਟ ਆ, ਚਾਹੇ ਕੋਈ ਸਮਾਜਿਕ ਕਾਰੀ ਕਰਤਾ, ਜਿਹਨੇ ਵੀ ਇਹਨਾਂ ਨੂੰ ਕੁਐਸਚਨ ਕੀਤਾ ਉਹਦੇ ਤੇ ਪਰਚਾ ਹੋਇਆ, ਲਾਠੀਚਾਰਜ ਹੋਇਆ, ਉਹਦੀ ਗ੍ਰਿਫਤਾਰੀ ਕੀਤੀ। ਤੇ ਇਹਨਾਂ ਨੇ ਲੋਕਤੰਤਰ ਦੇ ਨਾਂ ਤੇ ਵੋਟਾਂ ਲਈਆਂ, ਪਰ ਨਿੱਜ ਤੰਤਰ ਬਣ ਗਿਆ, ਤਾਨਾਸ਼ਾਹੀ ਤੰਤਰ ਬਣ ਗਿਆ। ਇਹ ਬੀਜੇਪੀ ਦਾ ਜਿਹੜਾ ਆ ਉਹਨਾਂ ਨੂੰ 10 ਸਾਲਾਂ ਰਾਜ ਮਿਲਿਆ।